ਦੋਸਤੋ, ਅੱਜ ਅਸੀਂ ਇੱਕ ਫਿਲਮ ਲਈ ਇਕੱਠੇ ਹੋਏ ਹਾਂ ਜੀ। ਇੱਕ ਸਕੀਮ ਲੱਗਣ ਵਾਲੀ ਹੈ ਜੀ ਦੀਦਾਰ ਬਾਈ ਵੱਲੋਂ, ਲੱਕੀ ਸਕੀਮ ਫਿਲਮ ਦਾ ਨਾਮ ਆ। ਸੋ ਬਹੁਤ ਸਾਰੀਆਂ ਪ੍ਰਮੋਸ਼ਨਾਂ ਚੱਲ ਰਹੀਆਂ ਨੇ, ਆਪਾਂ ਵੇਖ ਰਹੇ ਹਾਂ ਇੱਥੇ, ਅਤੇ ਭਾਅ ਜੀ ਨੂੰ ਇੱਦਾਂ ਕਿਹਾ ਜਾ ਰਿਹਾ, ਇੱਦਾਂ ਪੇਸ਼ ਕੀਤਾ ਜਾ ਰਿਹਾ ਇੰਟਰਵਿਊ ਦੇ ਵਿੱਚ ਵੀ ਤੁਸੀਂ ਬਹੁਤ ਸੀਨੀਅਰ ਹੋ, ਤੁਸੀਂ ਬਹੁਤ ਕੰਮ ਕੀਤਾ, ਬਹੁਤ ਵੱਡੇ ਹੋ ਤੁਸੀਂ। ਉਦੋਂ ਇੰਨੇ ਕੁ ਵੱਡੇ ਆ ਵੀ ਜਿਵੇਂ ਤੋਂ ਨਿੰਬੂ ਨਵੇਂ ਨਵੇਂ ਚੱਲੇ ਸੀ, ਮੈਨੂੰ ਤਾਂ ਬਾਬਾ ਬੋੜੀ ਬਣਾਈ ਜਾਣ ਡੇ ਇਹਦੇ ਇੰਟਰਵਿਊ 'ਚ ਵੀ, ਲਾਈਕ ਵੀ ਇਹਨੇ ਐਂ ਕੀਤਾ ਜੀ, ਇਹਨੇ ਐਂ ਕੀਤਾ। ਮੈਂ ਕਿਹਾ ਭਰਾਵਾ, ਮੈਂ ਤਾਂ ਆਪ ਅਜੇ ਉਹ ਕਰਨ ਡਿਆ ਕੋਸ਼ਿਸ਼ਾਂ। ਸੋ ਤਾਂ ਕਰਕੇ ਇਹ ਆ ਵੀ ਇਹ ਕਿਸੇ ਦੇ ਨਾਲ ਕੰਮ ਕਰੀਏ, ਵੀ ਇਹ ਬਹੁਤ ਸਾਰੇ ਆਰਟਿਸਟਾਂ ਨਾਲ ਕੰਮ ਕਰ ਰਹੇ ਹਾਂ, ਅਸੀਂ ਉਹਨਾਂ ਨੂੰ ਇਹ ਗੱਲਾਂ ਕਹੀ ਜਾਂਦੇ ਹਾਂ, ਅਤੇ ਇਹ ਬਹੁਤ ਅੱਛੇ ਪਰਫੋਰਮੈਂਸ ਇਹਨਾਂ ਦੀ, ਫਸਟ ਫਿਲਮ ਹੈ ਤਾਂ ਕਰਕੇ ਇੱਦਾਂ ਕਹਿ ਰਹੇ। ਰਾਈਟ ਰਾਈਟ। ਸੋ ਭਾਅ ਜੀ, ਮੈਂ ਇੱਕ ਚੀਜ਼ ਮੈਂ ਕੀਤੀ ਆ ਨੋਟਿਸ, ਵੀ ਇੰਨੀਆਂ ਤਾਂ ਤੁਸੀਂ ਰੀਲਾਂ ਬਣਾਈਆਂ ਵੀ ਨਹੀਂ ਜਿੰਨੀਆਂ ਤੁਹਾਨੂੰ ਇੰਟਰਵਿਊ ਦੇ ਵਿੱਚ ਕੰਪਲੀਮੈਂਟ ਮਿਲ ਗਏ ਵੀ ਯਾਰ ਰੀਲਾਂ ਵਾਲਾ ਬਾਈ ਤੂੰ ਕਮਾਲ ਕਰ ਦਿੰਦਾ, ਤੂੰ ਛਾ ਜਾਂਦਾ ਆ। ਮੈਨੂੰ ਇੱਦਾਂ ਲੱਗਦਾ ਵੀ ਪੁਰਾਣੀਆਂ ਫਿਲਮਾਂ ਦੇ ਵਿੱਚ ਜਦੋਂ ਆਪਾਂ ਤੁਹਾਨੂੰ ਵੇਖਦੇ ਹਾਂ ਉਹਦੇ ਵਿੱਚ ਤੁਸੀਂ ਜਿਹੜਾ ਕੰਮ ਕੀਤਾ ਆ, ਚਾਹੇ 5 ਸਕਿੰਟ ਦਾ ਕੀਤਾ ਆ, ਮੈਨੂੰ ਲੱਗਦਾ ਕਿ ਉਹਦੀ ਇੰਪੋਰਟੈਂਸ ਵੀ ਪੈਣੀ ਚਾਹੀਦੀ ਆ, ਹੈ ਨਾ। ਹੁਣ ਤੁਸੀਂ ਫੀਲ ਕਰਨ ਲੱਗ ਗਏ ਇਸ ਕੰਪਲੀਮੈਂਟ ਤੋਂ ਭੱਜਣ ਲੱਗ ਗਏ, ਮਤਲਬ ਅੰਦਰੋਂ ਜਦੋਂ ਤੁਹਾਨੂੰ ਇਹ ਕੰਪਲੀਮੈਂਟ ਮਿਲਦਾ ਆ, ਤੰਗ ਕਰਦਾ ਇਹ ਕੰਪਲੀਮੈਂਟ ਹੁਣ ਥੋੜ੍ਹਾ ਜਿਹਾ? ਨਹੀਂ ਨਹੀਂ, ਤੰਗ ਕਾਹਨੂੰ ਕਰਨਾ ਭਾਅ ਜੀ, ਚੱਕਰ ਇਹ ਹੁੰਦਾ ਵੀ ਜਿਹੜੀ ਚੀਜ਼ ਨੇ ਤੁਹਾਨੂੰ ਫੇਮ ਦਿੱਤਾ, ਕੰਮ ਦਿੱਤਾ, ਭੱਜਣਾ ਕਿਹੜੀ ਗੱਲੋਂ ਆ ਜੀ? ਵੀ ਠੀਕ ਆ, ਜ਼ਿੰਦਗੀ ਦਾ ਹਿੱਸਾ ਹੁੰਦੀਆਂ ਨੇ ਚੀਜ਼ਾਂ, ਸੋ ਚੱਲਦੀਆਂ ਰਹਿਣੀਆਂ ਚਾਹੀਦੀਆਂ, ਅਤੇ ਤਾਂ ਕਰਕੇ ਨਹੀਂ ਕੋਈ ਇਹ ਚੀਜ਼ ਤੋਂ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਤੰਗੀ ਨਹੀਂ, ਕਦੀ ਕਿਸੇ ਸਵਾਲਾਂ ਤੋਂ ਨਹੀਂ ਆਪਾਂ ਭੱਜਦੇ। ਵੀ ਲਾਈਫ 'ਚ ਜੋ ਹੈਗਾ ਉਹ ਰਹਿਣਾ, ਉਹ ਤੋਂ ਭੱਜਣ ਦੀ ਲੋੜ ਕੀ ਹੈ? ਰਾਈਟ। ਸੋ ਤਾਂ ਕਰਕੇ ਕਿਸੇ ਚੀਜ਼ ਤੋਂ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ। ਸਿਨੇਮਾ 'ਚ ਹੁਣ ਵਧੀਆ ਕੰਮ ਕਰ ਰਹੇ ਹਾਂ, ਆਉਣ ਵਾਲੇ ਸਮੇਂ 'ਚ ਹਰ ਮਹੀਨੇ 'ਚ, ਹਰ ਡੇਢ ਮਹੀਨੇ ਬਾਅਦ, 2 ਮਹੀਨੇ, ਮਹੀਨੇ 'ਚ ਦੋ ਵੀ ਫਿਲਮਾਂ ਵੇਖਣ ਨੂੰ ਮਿਲਣਗੀਆਂ, ਅਤੇ ਪਿਛਲੇ ਸਮੇਂ 'ਚ ਹੋਇਆ ਵੀ ਹੈ ਇਸ ਤਰ੍ਹਾਂ। ਸੋ ਨੇਰੀ ਠਾਲ ਦਿਆਂਗੇ ਕਹਿਣ ਦਾ ਮਤਲਬ ਆਉਣ ਵਾਲੇ ਸਮੇਂ 'ਚ। ਚਲੋ, ਜੋ ਵੀ ਗੱਲ ਆ, ਪਰ ਚੰਗੀ ਗੱਲ ਇਹ ਆ ਵੀ ਦੀਦਾਰ ਬਾਈ ਮਤਲਬ ਘੈਂਟ ਕੱਪੜੇ ਪਾਉਂਦਾ ਹੁਣ, ਘੈਂਟ ਸ਼ੂਜ਼ ਪਾਉਂਦਾ ਆ, ਹੈ ਨਾ। ਇੱਕ ਆਹ ਨਵਾਂ ਸਟਾਈਲ ਦੇਖ ਰਹੇ ਹਾਂ ਅੱਜ ਆਪਾਂ ਦੀਦਾਰ ਬਾਈ ਦਾ, ਇਹ ਚੰਗੀ ਗੱਲ ਆ, ਮੈਨੂੰ ਲੱਗਦਾ ਇਹ ਹੋਣਾ ਚਾਹੀਦਾ ਆ ਸਟਾਈਲ ਤਾਂ ਯਾਰ। ਮਤਲਬ ਚੀਜ਼ਾਂ ਜਿੱਦਾਂ ਜਿੱਦਾਂ ਸਮਾਂ ਤੁਹਾਡਾ ਠੀਕ ਹੋਈ ਜਾਂਦਾ ਨਾ, ਉਹ ਸਾਰੀਆਂ ਚੀਜ਼ਾਂ ਠੀਕ ਹੋਣੀਆਂ ਆਪੇ ਸ਼ੁਰੂ ਹੋ ਜਾਂਦੀਆਂ। ਜਿੱਦਾਂ ਮੈਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਗੱਲ ਕੀਤੀ ਵੀ ਸਮੇਂ ਸਮੇਂ ਨਾਲ ਤੁਹਾਡੀ ਪਰਸਨੈਲਿਟੀ ਚੇਂਜ ਹੁੰਦੀ ਹੈ ਜੀ, ਸਮੇਂ ਨਾਲ ਅਤੇ ਐਕਸਪੀਰੀਅੰਸ ਨਾਲ। ਹਾਂ, ਜਿੰਨਾ ਐਕਸਪੀਰੀਅੰਸ ਹੋਊਗਾ, ਜਿੰਨਾ ਸਮਾਂ ਵੱਧ ਲਾਓਗੇ, ਉਹ ਡੇ ਬਾਈ ਡੇ ਚੇਂਜਸ ਜਿਹੜੇ ਵੇਖਣ ਨੂੰ ਹਰ ਇਨਸਾਨ ਦੇ ਵਿੱਚ ਮਿਲਦੇ ਆ। ਸੋ ਆਉਣ ਵਾਲੇ ਸਮੇਂ 'ਚ ਜਿੱਦਾਂ ਹੁਣ ਮਤਲਬ ਪਹਿਲਾਂ ਮੈਂ ਸਾਲ 'ਚ ਇੱਕ ਫਿਲਮ ਕਰਦਾ ਸੀਗਾ, ਫਿਰ ਸੋਸ਼ਲ ਮੀਡੀਆ 'ਤੇ 2 ਸਾਲ ਨੇਰੀ ਠਾਤੀ, ਫਿਰ ਵਾਹਵਾ ਹੀ ਫਿਲਮਾਂ ਜਿਹੀਆਂ ਇਕੱਠੀਆਂ ਫੜ ਲਈਆਂ, ਫਿਰ ਹੁਣ ਥੋੜ੍ਹੀਆਂ ਜਿਹੀਆਂ ਘਟਾਈਆਂ ਆ ਵੀ ਯਾਰ ਮੈਨੂੰ ਕਿਹੜੀ ਕਰਨੀ ਚਾਹੀਦੀ, ਕਿਹੜੀ ਨਹੀਂ ਕਰਨੀ ਚਾਹੀਦੀ। ਹਾਂ, ਫਿਰ ਆਉਣ ਵਾਲੇ ਸਮੇਂ 'ਚ ਹੋਰ ਵੱਡੀਆਂ ਵੇਰੀਏਸ਼ਨ ਜਿਹੜੀਆਂ ਉਹ ਸਿਨੇਮੇ ਲਈ ਆਪਾਂ ਕਰਾਂਗੇ। ਰਾਈਟ। ਸੋ ਜੋੜਨ ਤੱਕ ਤਾਂ ਪਹੁੰਚ ਗਿਆ, ਹੁਣ ਦੇਖਦੇ ਹਾਂ ਮਾਸ਼ਾਅੱਲਾ ਕਿੱਥੇ ਤੱਕ ਜਾਓਗੇ ਮਤਲਬ ਤੁਸੀਂ, ਹੈ ਨਾ। ਗੁਰੂ ਸਾਹਿਬ ਕਿਰਪਾ ਕਰਨ, ਬਹੁਤ ਵਧੀਆ ਕਰਾਂਗੇ ਆਉਣ ਵਾਲੇ ਸਮੇਂ 'ਚ। ਬਾਕੀ ਇੱਦਾਂ ਹੀ ਮੈਂ ਸਾਫ਼ ਸੁਥਰੀ ਕੌਮੇਡੀ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਵੀ ਹੋਵੇ, ਵੀ ਉਹ ਪਰਿਵਾਰਾਂ 'ਚ ਬਹਿ ਕੇ ਲੋਕ ਸੁਣ ਸਕਣ, ਵੇਖ ਸਕਣ, ਈਵਨ ਕਿ ਉਹ ਚਾਹੇ ਫਿਲਮ 'ਚ ਵੀ ਹੋਵੇ, ਜਦੋਂ ਮੈਨੂੰ ਕੋਈ ਵਲਗੈਰਟੀ ਕਿਤੇ ਲੱਗੇ ਅਤੇ ਮੈਂ ਬਹਿ ਕੇ ਉਹਨਾਂ ਨਾਲ ਡਿਸਕਸ਼ਨ ਕਰ ਲੈਣਾ ਵੀ ਭਾਅ ਜੀ ਜੇ ਹਾਸਾ ਹੀ ਪਾਉਣਾ ਤਾਂ ਆਪਾਂ ਯਾਰ ਚੰਗੀ ਗੱਲ ਤੋਂ ਪਾ ਦਿੰਦੇ ਵੀ ਮੈਂ ਬਣਾ ਦਿੰਦਾ ਗੱਲ, ਵੀ ਇੱਦਾਂ ਦੀ ਕੋਈ ਜ਼ਰੂਰੀ ਗੱਲ ਨਹੀਂ ਵੀ ਆਪਾਂ ਕਿਤੇ ਕੋਈ ਵਲਗਰ ਗੱਲ ਬੋਲ ਕੇ ਲੋਕਾਂ ਨੂੰ ਹਸਾ ਸਕਦੇ ਹਾਂ, ਜਾਂ ਕੋਈ ਟੋਇਲਟ ਨਾਲ ਰਿਲੇਟ ਗੱਲ ਕਰਕੇ ਹਸਾ ਸਕਦੇ ਹਾਂ, ਵੀ ਮੈਂ ਉਹਨਾਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਭੱਜਦਾ। ਰਾਈਟ। ਸਾਫ਼ ਸੁਥਰਾ ਕੰਮ ਅਸੀਂ ਕਰਾਂਗੇ ਆਪਾਂ ਆਉਣ ਵਾਲੇ ਸਮੇਂ 'ਚ ਵੀ। ਰਾਈਟ। ਸੋ ਚੰਗੀ ਗੱਲ ਇਹ ਆ ਵੀ ਹੁਣ ਮੈਨੂੰ ਪਤਾ ਹੈ ਯੋਗੇਸ਼ ਭਾਅ ਨਾਲ ਤੁਹਾਡੀ ਬਹੁਤ ਦੋਸਤੀ ਆ, ਹੈ ਨਾ। ਯੋਗੇਸ਼ ਭਾਅ ਜੀ ਫਿਲਮ ਕਰਕੇ ਆਇਆ ਚਮਕੀਲਾ, ਇਹ ਪ੍ਰਾਊਡ ਵਾਲੀ ਗੱਲ ਆ, ਮੈਨੂੰ ਲੱਗਦਾ ਕਿ ਮੈਂਸ਼ਨ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮਿਹਨਤ ਨਾਲ ਹੀ ਬਣਦੀਆਂ ਨੇ ਸਾਰੀਆਂ ਚੀਜ਼ਾਂ, ਅਤੇ ਜੇ ਉਹ ਸਵੇਰੇ ਉੱਠ ਕੇ ਜਲਦੀ ਸੈੱਟ 'ਤੇ ਗਏ ਆ, ਤਾਂ ਇਹ ਵੀ ਮੈਨੂੰ ਲੱਗਦਾ ਕਿ ਬਹੁਤ ਕੋਈ ਛੋਟੀ ਮਿਹਨਤ ਨਹੀਂ, ਵੱਡੀ ਮਿਹਨਤ ਆ ਇਹ ਵੀ। ਮਿਹਨਤ ਭਾਅ ਜੀ, ਔਰ ਇਹ ਇੰਨੀ
ਵੱਡੀ ਫਿਲਮ ਦਾ ਹਿੱਸਾ ਬਣਨਾ, ਚਾਹੇ ਉਹ ਛੋਟਾ ਕਿਰਦਾਰ ਹੋਵੇ ਜਾਂ ਵੱਡਾ ਕਿਰਦਾਰ ਹੋਵੇ, ਸੋ ਮੈਂ ਫਿਲਮ ਵੇਖੀ ਆਲਰੇਡੀ ਉਹ, ਐਂਡ ਬਹੁਤ ਵਧੀਆ ਜਿੰਨਾ ਇਹਨੇ ਕੰਮ ਕੀਤਾ ਯੋਗੇਸ਼ ਨੇ ਬਹੁਤ ਸੋਹਣਾ ਸੀਗਾ। ਸੋ ਇਹ ਬਾਕਮਾਲ ਐਕਟਰ ਆ, ਬਹੁਤ ਵਧੀਆ, ਆਲਰੇਡੀ ਬਹੁਤ ਸਾਰੀਆਂ ਨੇ ਫਿਲਮਾਂ ਕੀਤੀਆਂ, ਬਹੁਤ ਥੀਏਟਰ ਕੀਤਾ, ਚੰਗਾ ਆਰਟਿਸਟ ਆ। ਸੋ ਆਉਣ ਵਾਲੇ ਸਮੇਂ 'ਚ ਇਹਦੀਆਂ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਆ ਰਹੇ ਨੇ, ਵਧੀਆ ਬੰਦਾ। ਰਾਈਟ, ਸੋ ਬਾਈ ਠੀਕ ਹੋ ਤੁਸੀਂ? ਬਹੁਤ ਵਧੀਆ ਭਾਅ ਜੀ, ਅਤੇ ਕੌਨਫੀਡੈਂਟ ਹੁਣ ਵੱਧ ਰਿਹਾ ਉੱਪਰ, ਮਤਲਬ ਦੀਦਾਰ ਬਾਈ ਨਾਲ ਕੋਲ ਬਹਿ ਬਹਿ ਕੇ? ਬਿਲਕੁਲ ਭਾਅ ਜੀ, ਉਹ ਤਾਂ ਫਿਰ ਜੀ ਮੈਂ ਫੀਲ ਕਰ ਰਿਹਾ ਕਿ ਬਾਬੇ ਬੋਲ ਲਈਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਰਾਈਟ, ਸੋ ਪਿਓ ਸੋ ਪਿਓ ਪੁੱਤ ਦੀ ਜੋੜੀ ਆ ਹੈ ਨਾ, ਇਕੱਠੇ ਸਕਰੀਨ 'ਤੇ ਸੀਗੇ ਔਰ ਹੁਣ ਇਕੱਠੇ ਕੇ ਫਰੇਮ 'ਚ ਬੈਠੇ ਹੋ, ਕਿਵੇਂ ਦੀਆਂ ਗੱਲਾਂ ਆਪਸ ਦੇ ਵਿੱਚ ਹੁੰਦੀਆਂ ਨੇ? ਜਦੋਂ ਫਿਲਮ ਕੀ ਸੋਚ ਕੇ ਤੁਸੀਂ ਬਣਾਈ ਸੀਗੀ ਔਰ ਜਦੋਂ ਬਣ ਕੇ ਆ ਗਈ, ਕਿਵੇਂ ਲੱਗਿਆ ਤੁਹਾਨੂੰ, ਹੁਣ ਰਿਜ਼ਲਟ ਕਿਵੇਂ ਦਾ ਆਇਆ? ਸਾਰੀਆਂ ਚੀਜ਼ਾਂ ਇਕੱਠੀਆਂ ਜਾਣਨੇ ਚਾਹੁੰਦਾ ਹਾਂ। ਭਾਅ ਜੀ ਜਦੋਂ ਫਿਲਮ ਬਣਾਉਣ ਲੱਗੇ ਸੀ ਉਹ ਤੋਂ ਪਹਿਲਾਂ ਮਤਲਬ ਫਾਦਰ ਦੀ ਵਿਜ਼ਨ ਸੀਗੀ ਕਿ ਮੈਂ ਫਿਲਮ ਬਣਾਉਣੀ ਆ ਅਤੇ ਆਪਣੇ ਪੁੱਤ ਨੂੰ ਲੈ ਕੇ ਬਣਾਉਣੀ ਆ। ਹਾਂਜੀ, ਇਹ ਸਭ ਤੋਂ ਮੇਰੀ ਚੀਜ਼। ਅਤੇ ਫਿਰ ਹੌਲੀ ਹੌਲੀ ਜਦੋਂ ਇਹਨਾਂ ਨੇ ਮਤਲਬ ਪ੍ਰੋਸੈਸ ਸਟਾਰਟ ਕੀਤਾ ਅਤੇ ਭਾਈ ਨਾਲ ਜੁੜੇ, ਫਿਰ ਸਕ੍ਰਿਪਟ ਬਣੀ ਅਤੇ ਹੌਲੀ ਹੌਲੀ ਸਾਰਾ ਕਾਮਯਾਬ ਹੋਇਆ ਅਤੇ ਫਿਰ ਸ਼ੂਟ ਸਟਾਰਟ ਹੋਇਆ। ਅਤੇ ਸ਼ੂਟ 'ਤੇ ਮਾਹੌਲ ਬਹੁਤ ਵਧੀਆ ਰਿਹਾ ਕਿ ਪਹਿਲੇ ਦਿਨ ਤੋਂ ਮਤਲਬ ਸਾਰਾ ਕੁਝ ਬਹੁਤ ਕੰਫਰਟੇਬਲ ਰਿਹਾ ਕਿ ਮੇਰੇ ਜਿੰਨੇ ਵੀ ਕੋ-ਸਟਾਰ ਸੀ, ਭਾਜੀ ਸੀ ਆਪਣਾ ਯੋਗੇਸ਼ ਭਾਅ ਜੀ ਹੁਣੀ ਹੋ ਗਏ, ਰਾਣਾ ਭਾਅ ਜੀ, ਇਹਨਾਂ ਸਾਰਿਆਂ ਨਾਲ ਹੀ ਮਤਲਬ ਕੰਮ ਕਰਕੇ ਇੱਦਾਂ ਲੱਗਾ ਕਿ ਇਹਨਾਂ ਨੇ ਮੈਨੂੰ ਗਾਈਡ ਵੀ ਕੀਤਾ ਬਹੁਤ ਚੀਜ਼ਾਂ 'ਚ, ਤਾਂ ਮੈਨੂੰ ਪੂਰਾ ਕੰਫਰਟੇਬਲ ਕਰਕੇ ਰੱਖਿਆ ਕਿ ਬਿਲਕੁਲ ਵੀ ਨਰਵਸ ਨਾ ਹੋਵੇ, ਤੈਨੂੰ ਇਹ ਨਾ ਲੱਗੇ ਕਿ ਯਾਰ ਮੈਂ ਕੁਛ ਗਲਤ ਨਾ ਕਰਦਾ, ਇੱਕਦਮ ਮਾਇੰਡ ਫਰੀ ਹੋ ਕੇ ਸ਼ੂਟ ਕਰੇ। ਅਤੇ ਸ਼ੂਟ ਸਰ ਬਹੁਤ ਵਧੀਆ ਹੋਇਆ ਅਤੇ ਉਸ ਤੋਂ ਬਾਅਦ ਵੀ ਜਦੋਂ ਫਿਲਮ ਬਣ ਗਈ ਅਸੀਂ ਦੇਖੀ ਵੀ ਤਾਂ ਸਾਨੂੰ ਮਤਲਬ ਅਸੀਂ ਪੋਜ਼ਿਟਿਵ ਸੀਗੇ ਵੀ ਯਾਰ ਰਿਸਪੋਂਸ ਚੰਗਾ ਆਏਗਾ। ਰਾਈਟ, ਸੋ ਸਰ ਅਗਰ ਮੈਂ ਗਲਤ ਨਹੀਂ ਹੈਗਾ ਤਾਂ ਮੈਨੂੰ ਲੱਗਦਾ ਕਿ ਤੁਹਾਡੀ ਪਹਿਲੀ ਫਿਲਮ ਆਈ ਹੈ ਨਾ ਜੀ, ਤਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਔਰ ਕਿਵੇਂ ਦੀ ਰਹੀ ਜ਼ਿੰਦਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੈਰੀ ਔਨ ਰੱਖੋਗੇ ਇਸ ਨੂੰ? ਜੀ ਡੈਫੀਨੇਟਲੀ, ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ। ਹਾਂ, ਮਤਲਬ ਇੰਨਾ ਵਧੀਆ, ਮਤਲਬ ਸਾਰਾ ਕਰਿਊ ਸੀਗਾ ਸਾਡਾ, ਸਾਰੀ ਟੀਮ ਸੀਗੀ, ਹਰ ਬੰਦਾ ਸਪੋਰਟਿਵ ਨੇਚਰ ਦਾ ਔਰ ਬਹੁਤ ਹੀ ਮਿਲਨਸਾਰ, ਔਰ ਇੰਨਾ ਵਧੀਆ ਲੱਗਿਆ ਸਾਰਿਆਂ ਨਾਲ ਕੰਮ ਕਰਕੇ ਕਿ ਮੈਨੂੰ ਪ੍ਰੋਡਿਊਸਰ ਦੇ ਨਾਲ ਨਾਲ ਇਹਨਾਂ ਆਰਟਿਸਟ ਵੀ ਬਣਾ ਦਿੱਤਾ। ਰਾਈਟ, ਇਹ ਮੈਂ ਕਦੀ ਸੋਚਿਆ ਹੀ ਨਹੀਂ ਸੀ ਵੀ ਮੈਂ ਕੋਈ ਕਨੈਕਟ ਕਰੂੰਗਾ, ਮੇਰੀ ਕਾਸਟਿੰਗ ਹੋਊਗੀ। ਦੀਦਾਰ ਬਾਈ ਜੀ ਨੇ, ਇਹਦਾ ਵਿਜ਼ਨ ਸੀਗਾ ਕਿ ਇਹਨਾਂ ਨੇ ਕਿਹਾ ਕਿ ਨਹੀਂ ਵੀ ਬਾਈ ਜੀ ਇੱਕ ਰੋਲ ਤੁਹਾਨੂੰ ਦੇਣਾ ਇਹਦੇ ਵਿੱਚ ਜ਼ਰੂਰ। ਰਾਈਟ, ਉਸ ਤੋਂ ਬਾਅਦ ਮੇਰੇ ਨਾਲ ਜਿਹੜੇ ਸਪੋਰਟਿੰਗ ਨੇ, ਚਿੰਟੂ ਅਤੇ ਪਿੰਟੂ, ਬਹੁਤ ਵਧੀਆ ਫਨੀ ਇਹਨਾਂ ਦਾ ਕਰੈਕਟਰ ਆ, ਇਹਨਾਂ ਨੇ ਪੂਰਾ ਸਪੋਰਟ ਕੀਤਾ, ਮਤਲਬ ਗਾਈਡ ਕੀਤਾ ਪੂਰਾ ਕਿ ਭਾਅ ਜੀ ਆਪਾਂ ਇੱਦਾਂ ਨਹੀਂ ਕੀਤਾ, ਕਿਉਂਕਿ ਇਹਨਾਂ ਦੇ ਨਾਲ ਹੀ ਮੇਰੇ ਮੋਸਟਲੀ ਸੀਨਸ ਨੇ। ਕਿਆ ਬਾਤ ਹੈ, ਅਤੇ ਬਹੁਤ ਵਧੀਆ ਸਪੋਰਟਿਵ ਨੇਚਰ ਦੇ ਨਾਲ ਇਹਨਾਂ ਮੈਨੂੰ ਕੰਮ ਕਰਵਾਇਆ ਆ। ਰਾਈਟ, ਜੋ ਵੀ ਤੁਸੀਂ ਦੇਖੋਗੇ ਸਾਰੀ ਟੀਮ ਦੀ ਮਿਹਰਬਾਨੀ ਹੈ ਕਿ ਜਿਨ੍ਹਾਂ ਨੇ ਮੇਰੇ ਕੋਲੋਂ ਇੰਨਾ ਵਧੀਆ ਕੰਮ ਕਰਵਾ ਲਿਆ। ਰਾਈਟ, ਸੋ ਯੋਗੇਸ਼ ਭਾਅ ਜੀ ਆਪਾਂ ਵੇਖਿਆ ਨਾ ਹੁਣ ਜਿਵੇਂ ਜ਼ਿਕਰ ਵੀ ਹੋਇਆ ਸੀਗਾ ਚਮਕੀਲੇ ਬਾਰੇ ਵੀ, ਹਾਂਜੀ, ਔਰ ਤੁਸੀਂ ਐਂਕਰਿੰਗ ਵੀ ਕਰਦੇ ਰਹੇ ਹੋ ਔਰ ਤੁਹਾਡਾ ਜਿਹੜੇ ਤੁਹਾਡੇ ਦੋਸਤ ਨੇ ਜਾਂ ਤੁਹਾਡੇ ਨੌਨ ਦੇ ਵਿੱਚ ਨੇ, ਤੁਸੀਂ ਨਾਲ ਹੱਥ ਪੈਰ ਚਾਰ ਪਾਸੇ ਪਾ ਕੇ ਰੱਖਦੇ ਹੋ ਹੈ ਨਾ, ਤਾਂ ਇਹਦਾ ਕਹਿਣ ਦਾ ਮਤਲਬ ਇਹ ਹੈ ਵੀ ਜ਼ਾਹਿਰ ਜੀ ਗੱਲ ਹੈ ਵੀ ਤੁਸੀਂ ਆਪਣੀ ਲਾਈਨ ਤੋਂ ਨਾਲ ਨਾਲ ਹੋਰ ਚੀਜ਼ਾਂ 'ਚ ਵੀ ਐਕਟਿਵ ਹੋ ਹੈ ਨਾ, ਸੋ ਇਹ ਕਿਵੇਂ ਅੰਦਰ ਤੁਹਾਡੇ ਮਤਲਬ? ਇਹ ਸ਼ੁਰੂ ਤੋਂ ਵਿਜ਼ਨ ਸੀ, ਮੈਨੂੰ ਕੈਮਰੇ ਦੇ ਅੱਗੇ ਰਹਿਣਾ ਬਹੁਤ ਪਸੰਦ ਆ। ਅਤੇ ਪਹਿਲਾਂ ਮੈਂ ਛੋਟੇ ਛੋਟੇ ਰੋਲ ਕਰਦਾ ਹੁੰਦਾ ਸੀ ਫਿਲਮਾਂ ਦੇ ਵਿੱਚ, ਅਤੇ ਫਿਰ ਇੱਕ ਫਿਲਮ ਕੀਤੀ ਸੀ ਮੈਂ ਦੀਦਾਰ ਗਿੱਲ ਬਾਈ ਦੇ ਨਾਲ, ਮਾਈਨਿੰਗ, ਉੱਥੇ ਮੁਲਾਕਾਤ ਹੋਈ ਅਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਭਾਅ ਜੀ ਕੁਛ ਹੋਇਆ ਫਿਊਚਰ 'ਚ ਤਾਂ ਦੱਸਿਓ। ਮੈਨੂੰ ਲੱਗਦਾ ਇੱਕ ਮਹੀਨੇ ਬਾਅਦ ਹੀ ਇਹਨਾਂ ਦੀ ਕਾਲ ਆ ਗਈ, ਕਹਿੰਦੇ ਯੋਗੇਸ਼ ਤੇਰੇ ਲਈ ਮੇਰੇ ਕੋਲ ਇੱਕ ਕੈਰੈਕਟਰ ਆ ਅਤੇ ਫਨੀ ਕੈਰੈਕਟਰ ਆ, ਅਤੇ ਇਹ ਹੁਣ ਤੱਕ ਦਾ ਮੇਰਾ ਸਭ ਤੋਂ ਵੱਡਾ ਅਤੇ ਚੈਲੇਂਜਿੰਗ ਕੈਰੈਕਟਰ ਆ। ਮਤਲਬ ਇਹ ਫਿਲਮ ਦੱਸੂਗੀ ਕਿ ਯੋਗੇਸ਼ ਕਿੰਨਾ ਕੈਪੇਬਲ ਆ। ਰਾਈਟ ਨਾਓ ਪੀਪਲ ਨੋਜ਼ ਮੀ ਐਜ਼ ਅ ਮੀਡੀਆ ਪਰਸਨ, ਐਜ਼ ਅ ਟੀਵੀ ਐਂਕਰ, ਐਜ਼ ਐਂਟਰਟੇਨਮੈਂਟ ਐਂਕਰ, ਬਟ ਇਹ ਫਿਲਮ ਤੋਂ ਬਾਅਦ ਜਾਂ ਚਮਕੀਲੇ ਦੇ ਵਿੱਚ ਜੋ ਵੀ ਕੰਮ ਕੀਤਾ ਜਾਂ ਲੱਕੀ ਸਕੀਮ ਦੇ ਵਿੱਚ ਮੈਂ ਜੋ ਕੰਮ ਕੀਤਾ, ਮੈਨੂੰ ਲੱਗਦਾ ਹੁਣ ਇੰਡਸਟਰੀ ਨੂੰ ਪਤਾ ਲੱਗੂਗਾ ਕਿ ਯੋਗੇਸ਼ ਇੱਕ ਫੁੱਲ ਫਲੈਜ ਐਕਟਰ ਵੀ ਆ ਅਤੇ ਇੱਕ ਅੱਛੀ ਸਕਰੀਨ ਸਪੇਸ ਲੈ ਸਕਦਾ ਅਤੇ ਅੱਛਾ ਪਰਫੋਰਮ ਕਰ ਸਕਦਾ। ਸੋ ਮੈਂ ਬਹੁਤ ਐਕਸਾਈਟਡ ਹਾਂ, ਮੈਂ ਫਿਲਮ ਦੇਖ ਲਈ ਹੈ
ਅਤੇ ਮੈਨੂੰ ਲੱਗਦਾ ਵੀ ਮੈਨੂੰ ਬਹੁਤ ਅੱਛੇ ਕੰਪਲੀਮੈਂਟਸ ਆ ਰਹੇ ਨੇ ਅਤੇ ਇਹ ਫਿਲਮ ਦੇਖ ਕੇ ਮੈਨੂੰ ਇੱਕ ਡਾਇਰੈਕਟਰ ਦੀ ਕਾਲ ਵੀ ਆ ਚੁੱਕੀ ਕਿਆ ਬਾਤ ਹੈ ਕਿਆ ਬਾਤ ਹੈ ਦੀਦਾਰ ਭਾਈ ਤੈਨੂੰ ਜਿੰਨੇ ਪੈਸੇ ਉੱਧਰੋਂ ਮਿਲੇ ਥੋੜ੍ਹੇ ਮੈਨੂੰ ਦੇਣੇ ਵੀ ਕਿਆ ਬਾਤ ਹੈ ਕਿਆ ਬਾਤ ਹੈ ਸੋ ਚਮਕੀਲੇ ਦੀ ਕੋਈ ਗੱਲ ਸਾਂਝੀ ਕਰਨੀ ਚਾਹੋਗੇ ਇਮਤਿਆਜ਼ ਅਲੀ ਸਾਹਿਬ ਬਾਰੇ ਬ੍ਰੋ ਇਟਸ ਵੰਡਰਫੁਲ ਐਕਸਪੀਰੀਅੰਸ ਟੂ ਵਰਕ ਵਿਦ ਇਮਤਿਆਜ਼ ਅਲੀ ਹੈ ਨਾ ਅਤੇ ਹੀ ਇਜ਼ ਅ ਇੰਸਟੀਟਿਊਸ਼ਨ ਆਫ ਸਿਨੇਮਾ ਆਪਾਂ ਸਾਰੇ ਜਾਣਦੇ ਹਾਂ ਅਤੇ ਉਹ ਮੈਨੂੰ ਲੱਗਦਾ ਮੈਨੂੰ ਕੰਮ ਕਰਨ ਨਾਲੋਂ ਜ਼ਿਆਦਾ ਖੁਸ਼ੀ ਆ ਸਿੱਖਿਆ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਐਗਜੈਕਟਲੀ ਉਹ ਤੁਹਾਡੀ ਪ੍ਰੈਜੈਂਸ ਮੈਟਰ ਕਰਦੀ ਆ ਉਹਨਾਂ ਨਾਲ ਵਿਚਰਨਾ ਮੈਟਰ ਕਰਦਾ ਉਹਨਾਂ ਦੀਆਂ ਟੈਕਨੀਕੈਲਿਟੀਜ਼ ਕਿ ਫਿਲਮ ਕਿੱਦਾਂ ਸ਼ੂਟ ਹੁੰਦੀ ਉਹਨਾਂ ਨਾਲ ਬੈਠਣਾ ਉੱਠਣਾ ਨੋਰਮਲ ਕਨਵਰਸੇਸ਼ਨ ਜਦੋਂ ਹੁੰਦੀਆਂ ਨੇ ਜਦੋਂ ਤੁਸੀਂ ਇੰਨੇ ਵੱਡੇ ਡਾਇਰੈਕਟਰ ਨਾਲ ਕੰਮ ਕਰਦੇ ਹੋ ਸੋ ਫੋਰ ਮੀ ਇਟਸ ਲਾਈਕ ਅ ਡ੍ਰੀਮ ਕਮ ਟਰੂ ਰਾਈਟ ਅਤੇ ਬਹੁਤ ਸਿੱਖਿਆ ਮੈਂ ਲਾਸਟ ਵੀਕ ਪ੍ਰੀਮੀਅਰ 'ਤੇ ਸੀ ਸੋ ਤੁਸੀਂ ਮੈਨੂੰ ਲੱਗਦਾ ਏ ਆਰ ਰਹਿਮਾਨ ਤੁਹਾਡੇ ਸੱਜੇ ਪਾਸੇ ਬੈਠੇ ਨੇ ਤੇ ਤੁਸੀਂ ਪ੍ਰੀਮੀਅਰ ਦੇਖ ਰਹੇ ਹੋ ਇਟਸ ਅ ਬਿਗ ਥਿੰਗ ਫॉर ਮੀ ਰਾਈਟ ਤੇ ਬਹੁਤ ਮੈਂ ਕਹਿੰਦਾ ਇਟਸ ਅ ਇਨਕ੍ਰੈਡੀਬਲ ਐਕਸਪੀਰੀਅੰਸ ਮੈਂ ਸੁਣਿਆ ਵੀ ਉੱਥੇ ਲੰਚ ਦਾ ਵੀ ਧਿਆਨ ਰੱਖਦੇ ਸੀਗੇ ਇਮਤਿਆਜ਼ ਅਲੀ ਸਰ ਵੀ ਐਵਰੀਥਿੰਗ ਐਵਰੀਥਿੰਗ ਇਹੀ ਤਾਂ ਸ਼ਾਇਦ ਉਹਨਾਂ ਦੀ ਖਾਸੀਅਤਾਂ ਨੇ ਕਿ ਸੈੱਟ ਤੇ ਸਾਰਿਆਂ ਲਈ ਇਕੁਅਲ ਟ੍ਰੀਟਮੈਂਟ ਉਹ ਖੁਦ ਜ਼ਮੀਨ ਤੇ ਬਹਿ ਕੇ ਖਾਂਦੇ ਹੁੰਦੇ ਕੀ ਬਾਤ ਹੈ ਕੀ ਬਾਤ ਹੈ ਕੋਈ ਉੱਥੇ ਫਾਰਮੈਲਿਟੀ ਨਹੀਂ ਕਿ ਕਿਸੇ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਮਿਲੂਗਾ ਉਹ ਥੱਲੇ ਬਹਿ ਕੇ ਖਾ ਰਹੇ ਨੇ ਅਸੀਂ ਵੀ ਥੱਲੇ ਬਹਿ ਖਾਂਦੇ ਸੀ ਕੀ ਬਾਤ ਹੈ ਕੀ ਬਾਤ ਹੈ ਸੋ ਇਹੀ ਸਿੱਖਿਆ ਉੱਥੋਂ ਕਿ ਉਹ ਇੰਨੇ ਵੱਡੇ ਲੋਕ ਇੰਨਾ ਵੱਡਾ ਉਹਨਾਂ ਦਾ ਲੈਵਲ ਬਟ ਉਹ ਓਨੇ ਹੀ ਜ਼ਿਆਦਾ ਡਾਊਨ ਟੂ ਅਰਥ ਕੀ ਬਾਤ ਹੈ ਕੀ ਬਾਤ ਹੈ ਅਤੇ ਇਹ ਇੱਕ ਇਨਸਾਨ ਦੀ ਸਭ ਤੋਂ ਵੱਡੀ ਖਾਸੀਅਤ ਹੁੰਦੀ ਹੈ ਡਾਊਨ ਟੂ ਅਰਥ ਹੋਣਾ ਰਾਈਟ ਸੋ ਲੱਕੀ ਸਕੀਮ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਹੁਤ ਵੱਡੇ ਹੋਵੋ ਆਪਣੇ ਆਪਣੇ ਕੰਮ ਦੇ ਵਿੱਚ ਫਿਰ ਅਸੀਂ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਕਰੀਏ ਹੈ ਨਾ ਬਹੁਤ ਚੰਗਾ ਲੱਗਿਆ ਅਤੇ ਆਡੀਅੰਸ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹ ਫਿਲਮ ਨੂੰ ਚੁਪਾਲ 'ਤੇ ਜ਼ਰੂਰ ਵੇਖਣ ਅਤੇ ਦੀਦਾਰ ਬਾਈ ਅਤੇ ਸਾਰੀ ਟੀਮ ਵੱਲੋਂ ਮੈਂ ਹੀ ਅਪੀਲ ਕਰਦੀ ਆਡੀਅੰਸ ਨੂੰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ